ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇੱਥੇ ਆਇਆ 7.0 ਦੀ ਤਿੱਬਰਤਾ ਨਾਲ ਵੱਡਾ ਪੋਚਾਲ ਮੱਚੀ ਹਾਹਾਕਾਰ ਪੈ ਗਿਆ ਹੈ ਵੱਡਾ ਖਤਰਾ ਤਾ ਜ਼ਬਰ ਦੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਹੈ ਉੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਦੁਨੀਆ ਵਿੱਚ ਜਿਸ ਸਮੇਂ ਤੋਂ ਕਰੋਨਾ ਦੀ ਉਤਪਤੀ ਹੋਈ ਉਸ ਨੂੰ ਹਜੇ ਤੱਕ ਥਲ ਨਹੀਂ ਪਾਈ ਗਈ। ਉਹ thì ਇੱਕ ਤੋਂ ਬਾਅਦ ਇੱਕ ਹੋਰ ਬਹੁਤ ਸਾਰੀਆਂ ਕੁਦਰਤੀ ਆਫਤਾਂ ਵਕ-ਵਕ ਦੇਸ਼ਾਂ ਵਿੱਚ ਆ ਰਹੀਆਂ ਹਨ। ਇਹਨਾਂ ਕੁਦਰਤੀ ਆਫਤਾਂ ਦੇ ਆਉਣ ਨਾਲ ਭਾਰੀ ਜਾਣੇ ਤੇ ਮਾਰੇ ਨੁਕਸਾਨ ਹੋਇਆ। ਦੁਨੀਆ ਵਿੱਚ ਜਿੱਥੇ ਕਰੋਨਾ ਕਾਰਨ ਆਹਾਕਾਰ ਮੱਚੀ ਹੈ, ਉੱਥੇ ਸਮੁੰਦਰੀ ਤੂਫਾਨ, ਹੜ੍ਹ, ਪੁਚਾਲ, ਜੰਗਲੀ ਅੱਗ ਆਦਿ ਵਰਗੀਆਂ ਬਹੁਤ ਸਾਰੀਆਂ ਕੁਦਰਤੀ ਆਫਤਾਂ ਕਾਰਨ ਅਤੇ ਕੁਦਰਤੀ ਬੁਆਈਆਂ ਦੇ ਕਾਰਨ ਵੀ ਲੋਕ ਕਈ ਤਰ੍ਹਾਂ ਨੇ ਮੁਸ਼ਕਾਣਾ ਜੂਝ ਗਏ ਨੇ। ਹੌਨ 7.0 ਦੇ ਬਟੇਨਾ ਵੱਡਾ ਪੁਚਾਰਾ ਜਿਸ ਕਨ ਹਾਹਕਾਰ ਮੱਚੀ ਪ੍ਰਾਪਰ ਜਾਣਕਾਰੀ ਅਨੁਸਾਰ ਹੁਣ ਮੈਕਸਿਕੋ ਸ਼ਹਿਰ ਵਿੱਚ ਪੁਚਾਲ ਦੇ ਭਾਰੀ ਜਟਕੇ ਮਹਿਸੂਸ ਕੀਤੇ ਗਏ ਇਹ ਜਟਕੇ ਇੰਨੇ ਜ਼ਿਆਦਾ ਪ੍ਰਭਾਵ ਵਾਲੇ ਸਨ ਕਿ ਲੋਕ ਆਪਣੇ ਘਰਾਂ ਤੋਂ ਡਰਦੇ ਮਾਰੇ ਬਾਹਰ ਆ ਗਏ ਅਧਿਕਾਫੀ ਸਮੇਂ ਤੱਕ ਅੰਦਰ ਜਾਣ ਲੇ ਇੰਤਜ਼ਾਰ ਕਰਦੇ ਰਹੇ ਝਟਕੇ ਨੇ ਜਿਆਦਾ ਜ਼ਬਰਦਸਤ ਸਨ ਕਿ ਲੋਕਾਂ ਵੱਲੋਂ ਇੱਕ ਦਜੇ ਨੂੰ ਫੜ ਕੇ ਸੰਤੁਲਨ ਲਿਆ ਗਿਆ ਆ ਜਾਇਸ ਪੁਚਾਲ ਦੇ ਤੇਪਾ ਰਕਤਪਾਣੇ ਉੱਪਰ 7.0 ਮਾਪੀ ਗਈ ਉਹਦੀ ਇਸ ਜਬਰਦਸਤ ਭੁਚਾਲ ਦੇ ਝਟਕਿਆਂ ਤੋਂ ਬਾਅਦ ਹੁਣ ਮੌਸਮੀ ਪਾਗ ਬੱਲਉ ਸੁਨਾਮੀ ਖਤਰੇ ਬਾਰੇ ਚੇਤਾਵਨੀ ਦਿੱਤੀ ਗਈ ਹੈ ਹਜੇ ਤੱਕ ਇਸ ਭੁਚਾਲ ਦੇ ਕਾਰਨ ਹੋਏ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਇਸ ਭੁਚਾਲ ਦਾ ਕੇਂਦਰ ਵਿਗਿਆਨੀਆਂ ਅਨੁਸਾਰ 33 ਤੋਂ 12 ਕਿਲੋਮੀਟਰ ਹੇਠਾਂ ਸਥਿਤਿਆ ਜਾ ਰਿਹਾ ਹੈ ਦੱਸਿਆ ਗਿਆ ਹੈ ਕਿ ਭੁਚਾਲ ਦੇ ਝਟਕੇ ਨੇ ਜ਼ਿਆਦਾਤਰ ਕਾਗੇ ਸਮੁੰਦਰ ਕਮਾਤ ਤਹਲੀਆਂ ਰਹੀਆਂ ਇਸ ਸੱਤਪਣ ਜੀਓ ਦੀ ਤੇ ਵਰਤਾਰੇ ਭੁਚਾਲ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਇਹ 40 ਸੇਵਾ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੇ ਪਚਾਰ ਆ ਚੁੱਕੇ ਹਨ ਜਿੰਨਾ ਵਿੱਚ ਪੈਰੇ ਜਾਣੇ ਤੇ ਮਾਲ ਨੂੰ ਨੁਕਸਾਨ ਦੇਖਿਆ ਗਿਆ ਹੈ ਖਬਰਾਂ ਉਲਾਸ ਸਖ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ